ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ। ਤੁਸੀਂ ਵੇਖ ਰਹੇ ਹੋ ਸਾਡਾ ਚੈਨਲ ਐਗਰੀਕਲਚਰ 49। ਮੈਂ ਮੀਆਂ ਮੁਹੰਮਦ ਕਾਸਿਮ। ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਾਂਗਾ ਕਿ ਗਰਮੀਆਂ ਵਾਲਾ ਜਿਹੜਾ ਪਿਆਜ਼ ਏ, ਇਹਦੀ ਜਿਹੜੀ ਪਨੀਰੀ ਏ, ਕਾਣੇ, ਉਹ ਪੰਜਾਬ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜਾਂ ਸਿੰਧ ਦਾ ਇਸਤੇਮਾਲ ਕਰਨਾ ਚਾਹੀਦਾ ਹੈ? ਸਵਾਲ ਅੱਜ ਦੀ ਵੀਡੀਓ ਦਾ ਇਹ ਹੈ, ਔਰ ਉਹਦਾ ਜਵਾਬ ਇਹ ਹੈ ਕਿ ਜਿਹੜੀ ਸਿੰਧ ਦੀ ਪਨੀਰੀ ਏ, ਉਹ ਦਰਿਆਏ ਸਿੰਧ ਦੀ ਜਿਹੜੀ ਬੈਲਟ ਏ, ਨਾਲ ਨਾਲ ਵਾਲੀ ਹੈਦਰਾਬਾਦ, ਮਟਿਆਰੀ, ਇਹ ਇਲਾਕੇ ਨੇ, ਇੱਥੇ ਜਿਵੇਂ ਜਿਵੇਂ ਦਰਿਆ ਹਟਦਾ ਜਾਂਦਾ, ਉੱਥੇ ਪਨੀਰੀਆਂ ਕਾਸ਼ਤ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਉਹ ਮਜ਼ਬੂਤ ਜ਼ਮੀਨਾਂ ਨੇ ਔਰ ਉਹਨਾਂ ਦੀ ਜਿਹੜੀ ਕੂਵਤ ਏ, ਮੁਦਾਫਤ ਏ, ਬਿਮਾਰੀਆਂ ਨਾਲ ਲੜਨ ਦੀ, ਗਰਮੀ ਬਰਦਾਸ਼ਤ ਕਰਨ ਦੀ, ਹਰ ਕਿਸਮ ਦੀ ਮੌਸਮੀ ਜਿਹੜੀ ਸੂਰਤਿਆਲ ਏ ਉਹਨਾਂ ਨੂੰ ਬਰਦਾਸ਼ਤ ਕਰਨ ਦੀ, ਉਹ ਸਿੰਧ ਦੀ ਪਨੀਰੀ ਉਹਦੇ ਵਿੱਚ ਬਿਹਤਰ ਹੈ। ਵੈਸੇ ਤਾਂ ਇੱਕ ਰੋਡ ਪੱਕਾ ਔਰ ਕੱਚੇ ਖੂਹ ਵਾਲੇ ਇਲਾਕੇ ਦੇ ਵਿੱਚ ਵੀ ਇਹਨਾਂ ਨੇ ਪੰਜਾਬ ਵਿੱਚ ਖਾਸਾ ਨਾਮ ਪੈਦਾ ਕਰ ਲਿਆ ਕਣ ਤਿਆਰ ਕਰਨ ਵਿੱਚ, ਪਨੀਰੀ ਤਿਆਰ ਕਰਨ ਵਿੱਚ, ਲੇਕਿਨ ਉਹਦੇ 'ਚ ਇਹ ਹੈ ਕਿ ਮੋਰਟੈਲਿਟੀ ਰੇਸ਼ੋ ਦੇ ਵਿੱਚ ਜਿਹੜਾ ਥੋੜ੍ਹਾ ਇਜ਼ਾਫਾ ਹੋ ਜਾਂਦਾ ਹੈ, ਮੋਰਟੈਲਿਟੀ ਜ਼ਿਆਦਾ ਹੁੰਦੀ ਹੈ। ਇੱਥੇ ਅਖਬਾਰਾਂ ਲਾ ਕੇ ਤਿਆਰ ਕਰਦੇ ਨੇ ਔਰ ਵੇਖਿਆ ਜਾਵੇ ਤਾਂ ਅਗਰ ਅਸੀਂ ਉਕਾੜੇ ਦੇ ਵਿੱਚ ਕਾਸ਼ਤ ਕਰਨਾ ਹੈ ਤਾਂ 3-4-5 ਘੰਟਿਆਂ ਦੇ ਵਿੱਚ ਪਨੀਰੀ ਸਾਡੇ ਕੋਲ ਪਹੁੰਚ ਜਾਂਦੀ ਹੈ। ਉਹ ਅਸੀਂ ਜਦੋਂ ਸ਼ਿਫਟ ਕਰਕੇ ਲਾਉਂਦੇ ਹਾਂ ਉਹ ਹੋ ਜਾਂਦੇ ਨੇ। ਮੈਂ ਨਹੀਂ ਕਹਿੰਦਾ ਕਿ ਪੰਜਾਬ ਵਾਲੀ ਪਨੀਰੀ ਨਾਕਾਮ ਹੈ ਜਾਂ ਉਹ ਕਾਮਯਾਬ ਨਹੀਂ ਹੁੰਦੀ, ਲੇਕਿਨ ਮੈਂ ਇਹ ਗੱਲ ਕਰ ਰਿਹਾ ਕਿ ਜਿਹੜੀ ਕੂਵਤ ਏ, ਮੁਦਾਫਤ ਏ, ਗਰਮੀ ਬਰਦਾਸ਼ਤ ਕਰਨ ਦੀ, ਬਿਮਾਰੀਆਂ ਦੇ ਖਿਲਾਫ ਲੜਨ ਦੀ ਜਿਹੜੀ ਕੂਵਤ ਏ, ਉਹ ਸਿੰਧ ਵਾਲੀ ਪਨੀਰੀ ਦੇ ਵਿੱਚ ਜ਼ਿਆਦਾ ਹੈ। ਔਰ ਮੈਂ ਤੁਹਾਨੂੰ ਇਹੀ ਸੁਜੈਸਟ ਕਰਾਂਗਾ ਕਿ ਅਗਰ ਤੁਸੀਂ ਗਰਮੀਆਂ ਵਾਲਾ ਪਿਆਜ਼ ਲਾਉਣਾ ਹੈ ਤਾਂ ਪਨੀਰੀ ਸਿੰਧ ਤੋਂ ਆਰਡਰ ਕਰੋ। ਬਹੁਤ ਸ਼ੁਕਰੀਆ।